ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਚਾਲ ਆ? ਤੁਸੀਂ ਸੁਣ ਰਹੇ ਹੋ ਮਲਕੀਤ ਸਿੰਘ ਨੀਟੇ ਦੀ ਆਵਾਜ਼ ਨੀਟਨ ਬ੍ਰਦਰਸ ਤੋਂ। ਅਤੇ ਅੱਜ ਦਾ ਆਪਣਾ ਟੋਪਿਕ ਆ ਸਿਗਨਲਾਤੀਕਾ ਓਰੀਜ਼ੋਨਟਾਲੇ, ਯਾਨੀ ਕਿ ਰੋਡ 'ਤੇ ਛਪੇ ਸਿਗਨਲ। ਆਪਾਂ ਪਹਿਲੇ ਪੜ੍ਹੇ ਸੀਗੇ ਵਰਤੀਕਾਲੇ, ਯਾਨੀ ਕਿ ਜਿਹੜੇ ਰੋਡ 'ਤੇ ਖੜ੍ਹੇ ਹੁੰਦੇ ਨੇ। ਹੁਣ ਪੜ੍ਹ ਰਹੇ ਹਾਂ ਜਿਹੜੇ ਰੋਡ 'ਤੇ ਛਪੇ ਹੁੰਦੇ ਨੇ। ਛਪੇ ਤੋਂ ਕੀ ਭਾਵ ਆ? ਕਿਸੇ ਵੀ ਤਰ੍ਹਾਂ ਦਾ ਜੋ ਰੋਡ ਉੱਪਰ ਤੀਰ ਦਾ ਨਿਸ਼ਾਨ, ਸਤ੍ਰਿਸ਼ ਲਾਈਨਾਂ ਦੇ ਨਿਸ਼ਾਨ, ਬੱਸ, ਟੈਕਸੀ, ਕੁਛ ਵੀ ਰੋਡ ਉੱਪਰ ਜੋ ਨੀਚੇ ਲਿਖਿਆ ਹੋਏ, ਉਹਨਾਂ ਨੂੰ ਕਿਹਾ ਜਾਂਦਾ ਆ ਸਿਗਨਲਾਤੀਕਾ ਓਰੀਜ਼ੋਨਟਾਲੇ। ਮੈਂ ਸਾਰਿਆਂ ਨਾਲੋਂ ਪਹਿਲਾਂ ਬੋਲਣਾ ਸ਼ੁਰੂ ਕਰਦਾ ਵੀ ਅਸਲ 'ਚ ਆਪਾਂ ਨੂੰ ਸਾਰਿਆਂ ਨਾਲੋਂ ਪਹਿਲੇ ਪਤਾ ਹੋਣਾ ਚਾਹੀਦਾ ਆ ਕਿ ਸਿਗਨਲਾਤੀਕਾ ਓਰੀਜ਼ੋਨਟਾਲੇ ਵਿੱਚ ਲਾਈਨ ਕੰਟੀਨਿਊ ਅਤੇ ਲਾਈਨ ਡਿਸਕੰਟੀਨਿਊ ਦੇ ਵਿੱਚ ਫਰਕ ਕੀ ਆ। ਲਾਈਨ ਜਿਹੜੀ ਕੰਟੀਨਿਊ ਹੁੰਦੀ ਆ, ਇਸ ਦਾ ਮਤਲਬ ਹੁੰਦਾ ਆ ਕਿ ਇਸ ਲਾਈਨ ਨੂੰ ਪਾਰ ਨਹੀਂ ਕਰਨਾ, ਯਾਨੀ ਕਿ ਇਸ ਲਾਈਨ ਨੂੰ ਬਿਨਾਂ ਪਾਰ ਕੀਤੇ ਤੁਸੀਂ ਰੋਡ ਦੇ ਵਿੱਚ ਰਹਿ ਕੇ ਚੱਲ ਸਕਦੇ ਹੋ। ਪਰਲੀ ਸਾਈਡ ਜਾਣ ਦੀ, ਯਾਨੀ ਕਿ ਲਾਈਨ ਨੂੰ ਪਾਰ ਕਰਨ ਦੀ ਮਨਾਹੀ ਲੱਗੀ ਆ। ਅਗਰ ਕੱਲ੍ਹ ਨੂੰ ਮੇਰੇ ਕੋਈ ਸਵਾਲ ਆਉਂਦਾ ਆ ਵੀ ਮੈਂ ਬਿਨਾਂ ਲਾਈਨ ਪਾਰ ਕੀਤੇ, ਸੈਂਸਾ ਸੁਪੇਰਾਰ ਇਲਾ ਸਤ੍ਰੀਸ਼ਾ, ਬਿਨਾਂ ਲਾਈਨ ਪਾਰ ਕੀਤੇ ਮੈਂ ਓਵਰਟੇਕ ਕਰ ਸਕਦਾ, ਤਾਂ ਮੇਰਾ ਜਵਾਬ ਹੋਣਾ ਚਾਹੀਦਾ ਹਾਂਜੀ ਯੈਸ ਵੇਰੋ। ਲਾਈਨ ਨੂੰ ਬਿਨਾਂ ਪਾਰ ਕੀਤੇ ਆਪਾਂ ਓਵਰਟੇਕ ਕਰ ਸਕਦੇ ਹਾਂ। ਆਪਣੇ ਮੂਹਰੇ ਮੁਸ਼ਕਿਲ ਕੀ ਆ ਕਿ ਲਾਈਨ ਨੂੰ ਟੱਚ ਨਹੀਂ ਕਰਨਾ, ਆਪਣੇ ਕੁਰਸੀਆਂ ਵਿੱਚ ਰਹਿ ਕੇ ਆਪਾਂ ਜੋ ਮਰਜ਼ੀ ਕਰ ਸਕਦੇ ਹਾਂ। ਹੁਣ ਨਾਲ ਹੀ ਮੈਂ ਜ਼ਿਕਰ ਕਰਾਂਗਾ ਸਤ੍ਰਿਸ਼ਾ ਡਿਸਕੋਂਟੀਨਿਊ ਦਾ। ਜਿਹੜਾ ਸਤ੍ਰਿਸ਼ਾ ਡਿਸਕੋਂਟੀਨਿਊ ਆ, ਯਾਨੀ ਕਿ ਟੁੱਟੀ ਹੋਈ ਲਾਈਨ, ਇਸ ਦਾ ਦੂਸਰਾ ਨਾਮ ਆ ਤ੍ਰਤੇ ਜਾਤਾ। ਸੋ ਤੁਹਾਨੂੰ ਸਵਾਲ ਦੇ ਵਿੱਚ ਲਿਖਿਆ ਡਿਸਕੋਂਟੀਨਿਊ ਵੀ ਆ ਸਕਦਾ ਆ ਅਤੇ ਤ੍ਰਤੇ ਜਾਤਾ ਵੀ ਆ ਸਕਦਾ, ਯਾਨੀ ਕਿ ਦੋਨਾਂ ਵਿੱਚੋਂ ਕੋਈ ਵੀ ਆ ਜਾਏ। ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਡਿਸਕੋਂਟੀਨਿਊ ਆ ਜਾਏ ਜਾਂ ਤ੍ਰਤੇ ਜਾਤਾ ਆ ਜਾਏ, ਤੁਸੀਂ ਉਸਦਾ ਮਤਲਬ ਟੁੱਟੀ ਹੋਈ ਡਿਸਕੰਟੀਨਿਊ ਲਾਈਨ ਹੀ ਸਮਝਣਾ ਆ। ਡਿਸਕੰਟੀਨਿਊ ਲਾਈਨ ਕਿਉਂ ਹੁੰਦੀ ਆ ਅਤੇ ਕਿੱਥੇ ਕਿੱਥੇ ਹੁੰਦੀ ਆ ਅਤੇ ਕਿੰਨਾ ਕਿੰਨਾ ਰੋਡਾਂ 'ਤੇ ਪਾਈ ਜਾ ਸਕਦੀ ਹੈ? ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਜਿਹੜੀ ਡਿਸਕੰਟੀਨਿਊ ਲਾਈਨ ਹੁੰਦੀ ਆ, ਇਸ ਦਾ ਮਤਲਬ ਹੁੰਦਾ ਆ ਕਿ ਡਰਾਈਵਰ ਨੂੰ ਇਸ਼ਾਰਾ ਕੀਤਾ ਜਾ ਰਿਹਾ ਆ ਕਿ ਉਹ ਇੱਥੇ ਓਵਰਟੇਕ ਕਰ ਸਕਦਾ ਆ, ਯਾਨੀ ਕਿ ਡਿਸਕੰਟੀਨਿਊ ਲਾਈਨ ਵਿੱਚ ਆਪਾਂ ਪਾਰ ਦੂਜੀ ਕੁਰਸੀ ਉੱਪਰ ਜਾ ਸਕਦੇ ਹਾਂ। ਇਹ ਤਾਂ ਹੋ ਗਿਆ ਇੱਕ। ਦੂਜਾ ਜਿਹੜਾ ਸਤ੍ਰਿਸ਼ਾ ਡਿਸਕੰਟੀਨਿਊ ਹੁੰਦਾ ਆ, ਇਹ ਦੋ ਤਰ੍ਹਾਂ ਦੇ ਰੋਡ ਵਿੱਚ ਪਾਇਆ ਜਾ ਸਕਦਾ ਆ। ਹੁਣ ਤੁਸੀਂ ਸੋਚੋਗੇ ਵੀ ਦੋ ਤਰ੍ਹਾਂ ਦੇ ਰੋਡ, ਸਤ੍ਰਿਸ਼ਾ ਇੱਕ, ਰੋਡ ਦੋ ਕਿੱਦਾਂ ਹੋ ਸਕਦੇ ਨੇ? ਹਾਂਜੀ, ਰੋਡ ਦੋ ਹੋ ਸਕਦੇ ਨੇ। ਇਹ ਸਤ੍ਰਿਸ਼ਾ ਸੈਂਸੋ ਊਨੀਕੋ, ਵਨ ਵੇ ਸੜਕ ਅੰਦਰ ਵੀ ਪਾਇਆ ਜਾ ਸਕਦਾ ਆ, ਜਿਹਦੇ ਵਿੱਚ ਦੋਨੋਂ ਕੁਰਸੀ ਜਾਣ ਵਾਲੀਆਂ ਹੋਣਗੀਆਂ। ਅਤੇ ਇਹੀ ਸਤ੍ਰਿਸ਼ਾ ਦੋ ਪਿਓ ਸੈਂਸੋ ਦੇ ਵਿੱਚ ਪਾਇਆ ਜਾ ਸਕਦਾ ਆ, ਜਿਹਦੇ ਵਿੱਚ ਇੱਕ ਜਾਣ ਵਾਲੀ ਹੋਏਗੀ ਅਤੇ ਇੱਕ ਉਧਰੋਂ ਆਉਣ ਵਾਲੀ ਹੋਏਗੀ। ਮੈਂ ਹੁਣ ਚੰਗੀ ਤਰ੍ਹਾਂ ਸਮਝਾਉਂਦਾ। ਅਗਰ ਮੰਨ ਲਓ ਕੱਲ੍ਹ ਨੂੰ ਮੇਰੇ ਕੋਲ ਸਵਾਲ ਆਉਂਦਾ ਆ ਕਿ ਸਤ੍ਰਿਸ਼ਾ ਡਿਸਕੰਟੀਨਿਊ ਹੋਣ 'ਤੇ ਯੂ ਟਰਨ, ਯਾਨੀ ਕਿ ਇਨਵਰਸੀਓਨੇ ਦੀ ਮਾਰਚਾ ਕੀਤਾ ਜਾ ਸਕਦਾ ਆ, ਤਾਂ ਮੈਂ ਸੋਚਾਂਗਾ ਇੱਕ ਵਾਰ ਵੀ ਕਰ ਸਕਦਾ ਕਿ ਨਹੀਂ ਕਰ ਸਕਦਾ। ਉਸ ਤੋਂ ਬਾਅਦ ਸਵਾਲ ਜਿਹੜਾ ਹੋਏਗਾ, ਕੁਇਜ਼ ਹੋਏਗਾ, ਉਹਨੂੰ ਬੜੇ ਧਿਆਨ ਨਾਲ ਪੜ੍ਹਿਓ ਕਿ ਅਗਰ ਤੁਹਾਨੂੰ ਸਵਾਲ ਵਿੱਚ ਇਹ ਪੁੱਛਿਆ ਜਾ ਰਿਹਾ ਹੈ ਕਿ ਯੂ ਟਰਨ ਕਰ ਸਕਦਾ ਵਾਂ, ਤਾਂ ਇਹ ਤੁਹਾਨੂੰ ਸਮਝ ਆ ਗਈ ਆ ਵੀ ਯੂ ਟਰਨ ਦਾ ਮਤਲਬ ਕੀ ਆ, ਲੇਕਿਨ ਤੁਹਾਨੂੰ ਇਹ ਨਹੀਂ ਸਮਝ ਆ ਰਿਹਾ ਕਿ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ, ਉੱਥੇ ਆਪਾਂ ਨੂੰ ਇਹ ਜਾਣਨਾ ਬੜਾ ਜ਼ਰੂਰੀ ਆ ਕਿ ਰੋਡ ਇਸ ਤਰ੍ਹਾਂ ਦਾ ਇਹ ਕਰ ਰਹੇ ਜਾਤਾ, ਦੋਪਿਓ ਸੈਂਸੋ ਹੋਵੇ ਤਾਂ ਯੂ ਟਰਨ ਕੀਤਾ ਜਾ ਸਕਦਾ ਆ। ਅਗਰ ਰੋਡ ਦੋਪਿਓ ਸੈਂਸੋ ਆ, ਯਾਨੀ ਕਿ ਗੱਡੀਆਂ ਜਾ ਵੀ ਰਹੀਆਂ ਨੇ
ਅਤੇ ਗੱਡੀਆਂ ਆ ਵੀ ਰਹੀਆਂ ਨੇ, ਫੇਰ ਮੈਂ ਯੂ ਟਰਨ ਕਰ ਸਕਦਾ। ਬਾਈ ਚਾਂਸ ਅਗਰ ਇਹ ਰੋਡ ਸੈਂਸੋ ਊਨੀਕੋ ਹੁੰਦਾ, ਸਿਰਫ ਇੱਕ ਸਾਈਡ ਵਾਲਾ ਹੁੰਦਾ, ਫੇਰ ਮੈਂ ਯੂ ਟਰਨ ਨਹੀਂ ਕਰ ਸਕਦਾ ਸੀਗਾ। ਸੋ ਦੋ ਗੱਲਾਂ ਦਾ ਯਾਦ ਰੱਖਿਓ, ਧਿਆਨ ਰੱਖਿਓ। ਯੂ ਟਰਨ ਅਗਰ ਰੋਡ ਦੋਪੀਓ ਸੈਂਸੋ ਆ ਤਾਂ ਸੀ ਕਰ ਸਕਦੇ ਹਾਂ, ਅਗਰ ਰੋਡ ਸੈਂਸੋ ਊਨੀਕੋ ਆ ਤਾਂ ਯੂ ਟਰਨ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਮੇਰੇ ਕੋਲ ਕੁਐਸਚਨ ਆਉਂਦਾ ਆ ਵੀ ਸੁਰਪਾਸੋ, ਪਹਿਲੀ ਗੱਲ ਤਾਂ ਅਗਰ ਰੋਡ ਦੋਪੀਓ ਸੈਂਸੋ ਆ ਅਤੇ ਪਰਲੀ ਸਾਈਡ ਓਵਰਟੇਕ ਕਰਨ ਲਈ ਮੈਂ ਸਿਰਫ ਕੁਝ ਟਾਈਮਲੀ ਜਾਣਾ ਆ ਅਤੇ ਨਾਲ ਹੀ ਵਾਪਸ ਆ ਜਾਣਾ ਓਵਰਟੇਕ ਕਰਕੇ, ਬਿਨਾਂ ਕਿਸੇ ਲਈ ਰੁਕਾਵਟ ਜਾਂ ਖਤਰਾ ਬਣੇ, ਜੇ ਰੋਡ ਦੋਪੀਓ ਸੈਂਸੋ ਆ। ਅਤੇ ਜੇ ਰੋਡ ਸੈਂਸੋ ਊਨੀਕੋ ਆ ਤਾਂ ਵੀ ਸੇਮ ਇਹੀ ਕਾਨੂੰਨ ਲਾਗੂ ਹੁੰਦਾ ਕਿ ਕੁਰਸੀਆ ਦੀ ਸੁਰਪਾਸੋ 'ਤੇ ਮੈਂ ਮੇਨੋ ਟੈਂਪੋ ਪੋਸੀਬਿਲੇ ਘੱਟ ਤੋਂ ਘੱਟ ਸਮਾਂ ਰੁਕਣਾ ਹੈਗਾ ਆ। ਯਾਨੀ ਕਿ ਮੈਂ ਅਗਰ ਕੁਰਸੀਆ ਦੀ ਸੁਰਪਾਸੋ ਉੱਪਰ ਜਾ ਰਿਹਾ ਵਾਂ ਤਾਂ ਮੈਂ ਥੋੜ੍ਹੇ ਤੋਂ ਥੋੜ੍ਹੇ ਸਮੇਂ ਦੇ ਵਿੱਚ ਹੀ ਵਾਪਸ ਆਉਣਾ ਮੇਰੇ ਲਈ ਜ਼ਰੂਰੀ ਆ, ਕਿਉਂਕਿ ਕਈ ਕੁਇਜ਼ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਆ ਕਿ ਜ਼ਿਆਦਾ ਸਮਾਂ ਕੁਰਸੀਆ ਦੀ ਸੁਰਪਾਸੋ ਉੱਪਰ ਆਪਾਂ ਨਹੀਂ ਚੱਲ ਸਕਦੇ। ਸੋ ਅਗਰ ਰੋਡ ਦੋਪੀਓ ਸੈਂਸੋ ਆ ਤਾਂ ਇੱਕ ਰੋਡ ਜਾਣ ਵਾਲਾ ਹੋਏਗਾ, ਇੱਕ ਕੁਰਸੀਆ, ਅਤੇ ਇੱਕ ਕੁਰਸੀਆ ਆਉਣ ਵਾਲੀ ਹੋਏਗੀ। ਲੇਕਿਨ ਅਗਰ ਰੋਡ ਸੈਂਸੋ ਊਨੀਕੋ ਆ ਤਾਂ ਇੱਕ ਕੁਰਸੀਆ ਨੋਰਮਲ ਚੱਲਣ ਵਾਸਤੇ ਹੋਏਗੀ ਅਤੇ ਇੱਕ ਕੁਰਸੀਆ ਹੋਏਗੀ ਸੁਰਪਾਸੋ ਕਰਨ ਵਾਸਤੇ। ਹੁਣ ਮੈਂ ਤੁਹਾਨੂੰ ਇੱਥੇ ਨਿੱਕੀ ਜਿਹੀ ਗੱਲ ਦੱਸਣਾ ਚਾਹੁੰਦਾ, ਆਪਾਂ ਕਈ ਵਾਰੀ ਸੋਚਦੇ ਹਾਂ ਵੀ 200 ਚੜ੍ਹਾਈ ਆ ਗਈ ਆ, ਕੂਰਵਾ ਮੋੜ ਆ ਗਿਆ ਆ, ਅਤੇ ਮੈਨੂੰ ਇਸ ਤਰ੍ਹਾਂ ਦੀ ਲਾਈਨਾਂ ਵਿੱਚ ਓਵਰਟੇਕ ਕਰਨ ਦੀ ਇਜਾਜ਼ਤ ਨਹੀਂ ਹੈਗੀ। ਮੈਂ ਦੱਸ ਦੇਣਾ ਚਾਹੁੰਦਾ ਤੁਸੀਂ ਇਸ ਗੱਲ ਨੂੰ ਬੜੇ ਹੀ ਧਿਆਨ ਨਾਲ ਨੋਟ ਕਰਿਓ, ਅਗਰ ਰੋਡ ਸੈਂਸੋ ਊਨੀਕੋ ਆ, ਅਗਰ ਰੋਡ ਸੈਂਸੋ ਊਨੀਕੋ ਆ ਅਤੇ ਦੋ ਕੁਰਸੀਆਂ ਨੇ ਅਤੇ ਮੇਰੇ ਕੋਲ ਭਾਵੇਂ ਕੂਰਵਾ ਹੋਏ, ਭਾਵੇਂ 200 ਹੋਏ, ਭਾਵੇਂ ਕੁਛ ਹੋਏ, ਮੈਂ ਓਵਰਟੇਕ ਕਰ ਸਕਦਾ। ਕਿਉਂ? ਕਿਉਂਕਿ ਇੱਕ ਕੁਰਸੀਆ ਸਪੈਸ਼ਲ ਮੇਰੇ ਓਵਰਟੇਕ ਲਈ ਰਿਜ਼ਰਵ ਕੀਤੀ ਗਈ ਹੈਗੀ ਆ। ਸੋ ਮੈਂ ਦੁਬਾਰਾ ਇਸ ਚੀਜ਼ ਨੂੰ ਥੋੜ੍ਹੇ ਅੱਖਰਾਂ 'ਚ ਦੱਸਣਾ ਚਾਹੁੰਦਾ, ਸਤ੍ਰੀਸ਼ਾ ਕੋਨਟੀਨੂਆ 'ਚ ਆਪਾਂ ਲਾਈਨ ਪਾਰ ਨਹੀਂ ਕਰ ਸਕਦੇ, ਸਤ੍ਰੀਸ਼ਾ ਡਿਸਕੋਨਟੀਨੂਆ ਹੋਵੇ ਤਾਂ ਆਪਾਂ ਪਰਲੀ ਸਾਈਡ ਜਾ ਕੇ ਯੂ ਟਰਨ ਵੀ ਮਾਰ ਸਕਦੇ ਹਾਂ, ਗੱਡੀ ਮੋੜ ਵੀ ਸਕਦੇ ਹਾਂ। ਦੂਜੀ ਗੱਲ ਇੰਪੋਰਟੈਂਟ, ਅਗਰ ਇਹ ਇਸ ਤਰ੍ਹਾਂ ਦੇ ਰੋਡ ਵਿੱਚ ਮੈਂ ਗੱਡੀ ਖੱਬੀ ਸਾਈਡ ਮੋੜਨੀ ਹੈ, ਧਿਆਨ ਨਾਲ ਸਾਰੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਇਹ ਗੱਲ ਧਿਆਨ ਨਾਲ ਸੁਣਿਓ ਕਿ ਆਪਣੇ ਕਈ ਸਵਾਲ ਐਸੇ ਗਲਤ ਹੁੰਦੇ ਨੇ। ਅਗਰ ਸਤ੍ਰੀਸ਼ਾ ਡਿਸਕੰਟੀਨਿਊ ਹੈ ਤਾਂ ਹੀ ਮੈਂ ਰੋਡ ਦੇ ਖੱਬੀ ਸਾਈਡ ਗੱਡੀ ਮੋੜ ਸਕਦਾ ਵਾਂ। ਦੂਜੀ ਗੱਲ, ਕਈ ਵਾਰੀ ਆਪਣੇ ਕੋਲ ਇਸ ਤਰ੍ਹਾਂ ਦੀ ਕਨਫਿਊਜ਼ਨ ਖੜੀ ਹੋ ਜਾਂਦੀ ਆ ਵੀ ਗੱਡੀ ਮੋੜ ਲੱਗਿਆ ਮੈਂ ਸੈਂਟਰ ਵਿੱਚ ਖੜੀ ਕਰਨੀ ਆ ਜਾਂ ਖੱਬੀ ਸਾਈਡ ਖੜੀ ਕਰਨੀ ਆ ਜਾਂ ਸੱਜੀ ਸਾਈਡ ਖੜੀ ਕਰਨੀ ਆ। ਮੇਰੇ ਵੀਰੋ ਧਿਆਨ ਨਾਲ, ਅਗਰ ਰੋਡ ਦੋਪੀਓ ਸੈਂਸੋ ਆ, ਜਾਣ ਵਾਲੀ ਕੁਰਸੀ ਆ ਅਤੇ ਆਉਣ ਵਾਲੀ ਕੁਰਸੀ ਆ, ਉੱਥੇ ਗੱਡੀ ਮੈਂ ਖੜੀ ਕਰਨੀ ਆ ਸੈਂਟਰ ਜਿੱਦਾਂ ਤੁਸੀਂ ਦੇਖ ਰਹੇ ਹੋ। ਅਗਰ ਰੋਡ ਦੋਪੀਓ ਸੈਂਸੋ ਆ, ਡਬਲ ਰੋਡ ਆ ਅਤੇ ਗੱਡੀ ਵਿਚਕਾਰ, ਅਤੇ ਗੱਡੀ ਆਪਣੀ ਸੈਂਸੋ ਊਨੀਕੋ ਰੋਡ ਵਿੱਚ ਬਿਲਕੁਲ ਖੱਬੀ ਸਾਈਡ ਖੜੀ ਕਰਨੀ ਆ, ਕਹਿਣ ਦਾ ਮਤਲਬ ਆ ਅਗਰ ਰੋਡ ਸੈਂਸੋ ਊਨੀਕੋ ਸਿਰਫ ਜਾਣ ਵਾਲਾ ਆ ਅਤੇ ਖੱਬੀ ਸਾਈਡ ਮੁੜਦੇ ਸਮੇਂ ਗੱਡੀ ਆਪਣੀ ਖੱਬੀ ਸਾਈਡ ਬਿਲਕੁਲ ਨਾਲ ਖੜੀ ਕਰਨੀ ਆ। ਕਿਉਂ? ਕਿਉਂਕਿ ਸੈਂਸੋ ਊਨੀਕੋ ਰੋਡ ਦੇ ਵਿੱਚ ਸਾਹਮਣੇ ਤੋਂ ਮੈਨੂੰ ਕਿਸੇ ਵੀ ਗੱਡੀ ਦੇ ਆਉਣ ਦਾ ਕੋਈ ਖਤਰਾ ਨਹੀਂ ਹੈਗਾ। ਸੋ ਇਸ ਕਰਕੇ ਇਹ ਕੁਐਸਚਨ ਕਾਫੀ ਜ਼ਿਆਦਾ ਆਪਾਂ ਨੂੰ ਕਨਫਿਊਜ਼ ਕਰਦਾ ਆ। ਅਗਰ ਰੋਡ ਦੋਪੀਓ ਸੈਂਸੋ ਆ ਅਤੇ ਗੱਡੀ ਵਿਚਕਾਰ ਖੜੀ ਕਰਨੀ ਆ,
ਅਗਰ ਰੋਡ ਸੈਂਸੋਂ ਨਹੀਂ ਕੋ ਆ ਤਾਂ ਗੱਡੀ ਬਿਲਕੁਲ ਆਪਣੀ ਖੱਬੀ ਸਾਈਡ ਖੜੀ ਕਰਨੀ ਆ ਜਦੋਂ ਆਪਾਂ ਖੱਬੇ ਮੁੜਨਾ ਆ। ਸੱਜੇ ਮੁੜਨ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਅਗਰ ਸੱਜੇ ਮੁੜਨਾ ਆ ਤਾਂ ਗੱਡੀ ਬਿਲਕੁਲ ਸੱਜੇ ਪਾਸੇ ਹੀ ਰੱਖਾਂਗੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਰੋਡ ਦੋਪੀਓ ਸੈਂਸੋ ਆ ਜਾਂ ਰੋਡ ਸੈਂਸੋਂ ਨਹੀਂ ਕੋ ਆ। ਧਿਆਨ ਨਾਲ ਇਹ ਗੱਲ ਧਿਆਨ ਨਾਲ ਨੋਟ ਕਰ ਲਓ, ਕਿਉਂਕਿ ਇਹ ਸਿਰਫ ਇਸ ਚੈਪਟਰ ਦਾ ਹਿੱਸਾ ਨਹੀਂ ਹੈਗਾ, ਇਹ ਚੈਪਟਰ ਸੁਰਪਾਸੋ ਵਿੱਚ, ਵੋਲਤਾਰੇ ਵਿੱਚ ਜਾਂ ਇਨਵਰਸੀਓਨੇ ਦੀ ਮਾਰਚਾ ਵਾਲੇ ਟੋਪਿਕ 'ਤੇ ਇਸ ਤਰ੍ਹਾਂ ਦੀ ਗੱਲਾਂ ਤੁਹਾਨੂੰ ਦੱਸੀਆਂ ਜਾਣਗੀਆਂ ਕਿ ਖੱਬੀ ਸਾਈਡ ਮੁੜਦੇ ਸਮੇਂ ਗੱਡੀ ਸੈਂਟਰ 'ਚ ਖੜੀ ਕਰੋ ਅਗਰ ਰੋਡ ਦੋਪੀਓ ਸੈਂਸੋ ਆ, ਅਗਰ ਰੋਡ ਸੈਂਸੋ ਨਹੀਂ ਕੋ ਆ ਤਾਂ ਗੱਡੀ ਆਪਣੀ ਬਿਲਕੁਲ ਖੱਬੀ ਸਾਈਡ ਹੀ ਖੜੀ ਕਰਨੀ ਹੈਗੀ। ਆਪਾਂ ਹੁਣ ਆਪਾਂ ਆਉਂਦੇ ਹਾਂ ਸਪਾਰਤੀ ਟ੍ਰੈਫਿਕੋ। ਜਿਹੜਾ ਸਪਾਰਤੀ ਟ੍ਰੈਫਿਕੋ ਹੁੰਦਾ ਆ ਉਸਨੂੰ ਕਿਹਾ ਜਾਂਦਾ ਆ ਪੰਜਾਬੀ ਜਾਂ ਇੰਗਲਿਸ਼ ਵਿੱਚ ਡਿਵਾਈਡਰ। ਸਪਾਰਤੀ ਟ੍ਰੈਫਿਕੋ ਮਤਲਬ ਡਿਵਾਈਡਰ, ਰੋਡ ਕੋ ਅਲੱਗ ਕਰਨੇ ਵਾਲਾ ਸਪਾਰਤੀ ਟ੍ਰੈਫਿਕੋ ਕਿਹਾ ਜਾਂਦਾ ਹੈਗਾ ਆ। ਇਹ ਕਿਉਂ ਹੁੰਦਾ ਆ? ਇਹ ਰੋਡਾਂ ਨੂੰ ਅਲੱਗ ਅਲੱਗ ਡਾਇਰੈਕਸ਼ਨ ਵਿੱਚ ਪਾਉਣ ਲਈ ਰੋਡ ਵਿੱਚ ਪਾਇਆ ਜਾਂਦਾ ਆ। ਇਹਦਾ ਕੀ ਫਾਇਦਾ ਆ? ਇਹਦਾ ਫਾਇਦਾ ਇਹ ਹੁੰਦਾ ਹੈ ਕਿ ਜਦ ਇੱਕ ਵਾਰੀ ਰੋਡ ਵਿੱਚ ਸਪਾਰਤੀ ਟ੍ਰੈਫਿਕੋ ਆ ਜਾਵੇ ਤਾਂ ਇੱਕ ਸਾਈਡ ਗੱਡੀਆਂ ਜਾਣ ਵਾਲੀਆਂ ਹੁੰਦੀਆਂ ਨੇ, ਇੱਕ ਸਾਈਡ ਤੋਂ ਗੱਡੀਆਂ ਆਉਣ ਵਾਲੀਆਂ ਹੁੰਦੀਆਂ ਨੇ। ਹੁਣ ਮੈਂ ਗੱਲ ਤੁਹਾਨੂੰ ਦੱਸਦਾ ਵੀ ਸਤਰੀਸ਼ਾ ਕੋਨਤੀਨੂਆ ਅਤੇ ਸਤਰੀਸ਼ਾ ਦੋਪੀਆ ਕੋਨਤੀਨੂਆ ਵਿੱਚ ਫਰਕ ਕੀ ਆ। ਧਿਆਨ ਨਾਲ, ਕੰਟੀਨਿਊ ਲਾਈਨ ਹੋਵੇ ਜਾਂ ਡਬਲ ਕੰਟੀਨਿਊ ਲਾਈਨ ਹੋਵੇ, ਦੋਨਾਂ ਨੂੰ ਹੀ ਪਾਰ ਨਹੀਂ ਕੀਤਾ ਜਾ ਸਕਦਾ। ਕੱਲੂ ਕੋ ਮੈਨੂੰ ਕੁਐਸਚਨ ਕਰਦਾ ਆ, ਚਲੋ ਠੀਕ ਆ, ਦੋਪੀਆ ਸਤਰੀਸ਼ਾ ਹੋਏ ਤਾਂ ਨਹੀਂ ਕਰ ਸਕਦੇ, ਕੋਨਤੀਨੂਆ ਹੋਏ ਤਾਂ ਥੋੜ੍ਹਾ ਜਿਹਾ ਕਰ ਸਕਦੇ ਆ। ਨਹੀਂ, ਅਗਰ ਲਾਈਨ ਦੋਪੀਆ ਸਤਰੀਸ਼ਾ ਕੋਨਤੀਨੂਆ ਆ ਅਤੇ ਲਾਈਨ ਨੂੰ ਬਿਨਾਂ ਪਾਰ ਕੀਤੇ ਸਵਾਲ ਵਿੱਚ ਆਉਂਦਾ ਆ ਸੈਂਸਾ ਸੁਪੇਰਾਰੇ ਲਾ ਦੋਪੀਆ ਸਤਰੀਸ਼ਾ ਕੋਨਤੀਨੂਆ, ਬਿਨਾਂ ਡਬਲ ਲਾਈਨ ਨੂੰ ਪਾਰ ਕੀਤੇ ਸੀ ਪੋ ਸੁਰਪਾ ਸਾਰੇ ਤੁਸੀਂ ਓਵਰਟੇਕ ਕਰ ਸਕਦੇ ਹੋ। ਧਿਆਨ ਰੱਖਿਓ, ਲਾਈਨ ਕੰਟੀਨਿਊ ਹੋਵੇ ਜਾਂ ਡਿਸਕੰਟੀਨਿਊ ਹੋਵੇ ਆਪਾਂ ਓਵਰਟੇਕ ਨਹੀਂ ਕਰ ਸਕਦੇ। ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਵੀ ਕੁਰਸੀਏ ਕਦ ਕਦ ਡਿਵਾਈਡ ਹੁੰਦੀਆਂ ਨੇ। ਤੁਹਾਡੇ ਸਾਹਮਣੇ ਜਿਹੜੀ ਤਸਵੀਰ ਆ ਰਹੀ ਆ ਇਹਦੇ ਵਿੱਚ ਕੁਰਸੀਆਂ ਨੇ ਚਾਰ, ਦੋ ਜਾਣ ਵਾਲੀਆਂ ਦੋ ਆਉਣ ਵਾਲੀਆਂ ਅਤੇ ਵਿਚਕਾਰ ਆ ਦੋਪੀਆ ਸਤਰੀਸ਼ਾ ਕੋਨਤੀਨੂਆ। ਦੋਪੀਆ ਸਤਰੀਸ਼ਾ ਕੋਨਤੀਨੂਆ ਪੇਸ਼ ਕਰਦਾ ਆ, ਰਾਪ੍ਰਜੈਂਟ ਕਰਦਾ ਆ ਇੱਕ ਦੋਪੀਓ ਸੈਂਸੋ ਸੜਕ ਨੂੰ। ਯਾਨੀ ਕਿ ਰੋਡ ਦੇ ਵਿੱਚ ਅਗਰ ਦੋਪੀਆ ਸਤਰੀਸ਼ਾ ਛਪਿਆ ਹੋਇਆ ਹੈ ਨਾ ਤਾਂ ਸਮਝ ਲਿਓ ਉਹ ਰੋਡ ਦੋਹਰੀ ਆਵਾਜਾਈ ਵਾਲਾ ਆ। ਇਹ ਲਿਖਤੀ ਰੂਪ ਵਿੱਚ ਰਿਟਨ 'ਚ ਲਿਖਿਆ ਗਿਆ ਆ ਇਟਾਲੀਅਨ ਲੋਅ ਦੇ ਵਿੱਚ ਕਿ ਦੋਪੀਆ ਸਤਰੀਸ਼ਾ ਦੋਹਰੀ ਆਵਾਜਾਈ ਬਾਰੇ ਦੱਸਦਾ ਆ। ਸੋ ਇਸ ਤਰ੍ਹਾਂ ਦੇ ਰੋਡ ਵਿੱਚ ਇੱਕ ਹੀ ਕਰੇ ਜਾਤਾ ਆ, ਕਰੇ ਜਾਤਾ ਉਹਨਾਂ ਕੁਰਸੀਏ ਕੁਆਤਰੋ, ਦੂਵੇ ਸੁਰਪਾਸੋ ਵਾਸਤੇ, ਦੂਵੇ ਨੋਰਮਲ ਚੱਲਣ ਵਾਸਤੇ। ਅਗਰ ਮੰਨ ਲਓ ਮੈਂ ਜਾ ਰਿਹਾ ਵਾਂ ਅਤੇ ਸੱਜੀ ਸਾਈਡ ਵਾਲੀ ਨੋਰਮਲ ਆ, ਅਗਰ ਮੈਂ ਉੱਧਰੋਂ ਆ ਰਿਹਾ ਤਾਂ ਵੀ ਸੱਜੀ ਸਾਈਡ ਵਾਲੀ ਹੀ ਨੋਰਮਲ ਹੋਏਗੀ। ਸੋ ਇਸ ਕਰਕੇ ਲਾ ਕੁਰਸੀਆ ਦੀ ਦੈਸਤਰਾ, ਸੱਜੀ ਸਾਈਡ ਵਾਲਾ ਟਰੈਕ ਇਹ ਰਿਜ਼ਰਵਾਤ ਆ, ਉਹ ਰਿਜ਼ਰਵ ਕੀਤਾ ਗਿਆ ਏ ਆਲਾ ਮਾਰਚਾ ਨੋਰਮਾਲੇ, ਨੋਰਮਲ ਚੱਲਣ ਦੇ ਵਾਸਤੇ। ਸੋ ਕੁਰਸੀਆ ਦੀ ਮਾਰਚਾ ਸੱਜੀ ਸਾਈਡ ਵਾਲੀ ਹੁੰਦੀ ਆ ਅਤੇ ਖੱਬੀ ਸਾਈਡ ਵਾਲੀ ਹੁੰਦੀ ਆ ਕੁਰਸੀਆ ਦੀ ਸੁਰਪਾਸੋ। ਹੁਣ ਆਪਾਂ ਤੁਹਾਡੇ ਸਾਹਮਣੇ ਦੂਸਰਾ ਨਕਸ਼ਾ ਲੈ ਕੇ ਆਇਆ ਮੈਂ, ਇਹਦੇ ਵਿੱਚ ਨੇ ਟੋਟਲ 6 ਕੁਰਸੀਆ, 3 ਜਾਣ ਵਾਲੀਆਂ ਅਤੇ 3 ਹੀ ਆਉਣ ਵਾਲੀਆਂ। ਰੋਡ ਯਾਨੀ ਕਿ ਕਰੇ ਜਾਤਾ ਇੱਥੇ ਇੱਕ ਹੀ ਆ, ਟੋਟਲ ਰੋਡ ਇੱਕ ਆ ਅਤੇ ਦੋਪੀਆ
ਸਤ੍ਰੀਸ਼ਾ ਕੰਟੀਨਿਊਆ ਆਨ ਕਰਕੇ ਸਾਨੂੰ ਇਹ ਪਤਾ ਲੱਗ ਗਿਆ ਵੀ ਇਹ ਰੋਡ ਆ ਡਬਲ ਟੂ ਵੇ ਰੋਡ ਆ, ਗੱਡੀਆਂ ਆ ਵੀ ਸਕਦੀਆਂ ਨੇ ਅਤੇ ਗੱਡੀਆਂ ਜਾ ਵੀ ਸਕਦੀਆਂ ਨੇ। ਹੁਣ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਨਿੱਕੀ ਜੀ ਗੱਲ, ਸੱਜੀ ਸਾਈਡ ਵਾਲਾ ਜਾਣ ਵਾਲਾ, ਸੱਜੀ ਸਾਈਡ ਵਾਲਾ ਉੱਧਰੋਂ ਆਉਣ ਵਾਲਾ ਸੈਂਪਰੇ ਨੋਰਮਲ ਚੱਲਣ ਵਾਸਤੇ ਹੈਗਾ ਆ। ਸੋ ਅਗਰ ਸੱਜੀ ਸਾਈਡ ਵਾਲਾ ਇੱਕ ਜਾਣ ਵਾਲਾ ਆ ਅਤੇ ਨੋਰਮਲ ਜਾਣ ਵਾਲਾ ਇੱਕ ਹੋ ਗਿਆ ਅਤੇ ਓਵਰਟੇਕ ਵਾਸਤੇ ਹੋ ਗਏ ਦੋ, ਚੇਂਤਰੋ ਵਾਲਾ ਅਤੇ ਖੱਬੇ ਵਾਲਾ। ਸੋ ਇੱਥੇ ਅਗਰ ਸਵਾਲ ਮੇਰੇ ਕੋਲ ਆਉਂਦਾ ਆ ਕਿ ਕੁਰਸੀਆ ਦੀ ਚੇਂਤਰੋ ਵਿਸ਼ਕਾਰਲੀ ਕੁਰਸੀਆ ਸੁਰਪਾਸੋ ਵਾਸਤੇ ਆ, ਤਾਂ ਮੈਂ ਕਹਾਂਗਾ ਵੇਰੋ। ਫਿਰ ਮੇਰੇ ਕੋਲ ਸਵਾਲ ਆਉਂਦਾ ਆ ਕੁਰਸੀਆ ਦੀ ਸਿਨਿਸਤਰਾ ਸੁਰਪਾਸੋ ਵਾਸਤੇ ਆ, ਮੈਂ ਫਿਰ ਵੀ ਕਹਿਣਾ ਵੇਰੋ, ਕਿਉਂਕਿ ਮੈਨੂੰ ਇਹ ਪਤਾ ਆ ਕਿ ਸੱਜੀ ਸਾਈਡ ਵਾਲਾ ਹੀ ਸਿਰਫ ਨੋਰਮਲ ਆ, ਬਾਕੀ ਸਾਰੇ ਓਵਰਟੇਕ ਵਾਸਤੇ ਨੇ। ਜਾਣ ਲੱਗਿਆ ਅਤੇ ਆਉਣ ਲੱਗਿਆ ਸੇਮ ਇੱਕ ਹੀ ਨੋਰਮਲ ਆ, ਬਾਕੀ ਦੋ ਓਵਰਟੇਕ ਵਾਸਤੇ ਬਣਾਏ ਗਏ ਨੇ। ਉਸ ਤੋਂ ਬਾਅਦ ਮੈਂ ਤੁਹਾਡੇ ਸਾਹਮਣੇ ਹੁਣ ਛੋਟਾ ਜਿਹਾ ਫਰਕ ਲੈ ਕੇ ਆਇਆ ਵਾਂ ਅਗਲੇ ਨਕਸ਼ੇ ਵਿੱਚ। ਇਹਦੇ ਵਿੱਚ ਜਿਹੜੀ ਗੂੜੀ ਲਾਈਨ ਦੇਖ ਰਹੇ ਹੋ, ਹਰੀ ਲਾਈਨ ਦੇਖ ਰਹੇ ਹੋ, ਉਸ ਲਾਈਨ ਨੂੰ ਕਿਹਾ ਜਾਂਦਾ ਆ ਸਪਾਰਤੀ ਟ੍ਰਾਫਿਕੋ, ਯਾਨੀ ਕਿ ਡਿਵਾਈਡਰ। ਸਪਾਰਤੀ ਟ੍ਰਾਫਿਕੋ ਦਾ ਮਤਲਬ ਹੁੰਦਾ ਆ ਰੋਡ ਕੋ ਅਲੱਗ ਕਰਨੇ ਵਾਲੀ ਲਾਈਨ, ਯਾਨੀ ਕਿ ਡਿਵਾਈਡਰ। ਸਪਾਰਤੀ ਟ੍ਰਾਫਿਕੋ ਆਨ ਤੇ ਰੋਡ ਡਿਵਾਈਡ ਹੋ ਜਾਂਦਾ, ਜਿੱਦਾਂ ਇੱਕ ਕਮਰੇ ਵਿੱਚ ਅਗਰ ਇੱਕ ਕੰਧ ਹੋਰ ਕੱਢ ਦਈਏ ਤਾਂ ਕਮਰੇ ਦੋ ਬਣ ਜਾਣਗੇ, ਉਸੇ ਤਰੀਕੇ ਨਾਲ ਰੋਡ ਦੇ ਵਿੱਚ ਡਿਵਾਈਡਰ ਆਨ ਤੇ ਰੋਡ ਡਿਵਾਈਡ ਹੋ ਜਾਂਦਾ ਆ। ਸਪਾਰਤੀ ਟ੍ਰਾਫਿਕ ਆਨ ਤੇ ਰੋਡ ਅਲੱਗ ਅਲੱਗ ਹੋ ਜਾਂਦੇ ਨੇ। ਹੁਣ ਇਹਦੇ ਵਿੱਚ ਕੁਰਸੀਆਂ ਕਿੰਨੀਆਂ ਨੇ? ਇਹਦੇ ਵਿੱਚ ਨੇ ਟੋਟਲ ਕੁਆਤਰੋ ਕੁਰਸੀਏ, ਚਾਰ ਕੁਰਸੀਏ ਨੇ। ਏ ਨੋਰਮਲ ਚੱਲਣ ਵਾਸਤੇ, ਬੀ ਓਵਰਟੇਕ ਵਾਸਤੇ ਜਾਂਦੇ ਸਮੇਂ, ਉੱਧਰੋਂ ਆਉਂਦੇ ਸਮੇਂ ਏ ਨੋਰਮਲ ਚੱਲਣ ਵਾਸਤੇ, ਬੀ ਓਵਰਟੇਕ ਵਾਸਤੇ। ਹੁਣ ਦੂਜਾ ਸਵਾਲ ਮੇਰੇ ਸਾਹਮਣੇ ਕੀ ਖੜਾ ਹੁੰਦਾ ਹੈ ਵੀ ਕਰੇ ਜਾਤਾ ਕਿੰਨੇ ਨੇ? ਹਾਂਜੀ, ਅਗਰ ਰੋਡ ਦੇ ਵਿੱਚ ਸਪਾਰਤੀ ਟ੍ਰਾਫਿਕ ਹੋ, ਯਾਨੀ ਕਿ ਅਗਰ ਰੋਡ ਦੇ ਵਿੱਚ ਡਿਵਾਈਡਰ ਆ ਗਿਆ ਆ ਤਾਂ ਫਿਰ ਉੱਥੇ ਕਰੇ ਜਾਤਾ ਦੋ ਹੋ ਜਾਣਗੀਆਂ। ਇੱਥੇ ਫਿਰ ਹੁਣ ਇੱਕ ਕਰੇ ਜਾਤਾ ਨਹੀਂ ਕਹਿਣੀ ਆਪਾਂ, ਇੱਕ ਰੋਡ ਨਹੀਂ ਕਹਿਣਾ, ਰੋਡ ਹੋ ਗਏ ਨੇ ਦੋ, ਇੱਕ ਜਾਣ ਵਾਲਾ ਅਤੇ ਇੱਕ ਆਉਣ ਵਾਲਾ, ਦੋ ਕੁਰਸੀਆਂ ਜਾਣ ਵਾਲੀਆਂ, ਦੋ ਕੁਰਸੀਆਂ ਆਉਣ ਵਾਲੀਆਂ। ਜਿਹੜਾ ਅਗਲਾ ਨਕਸ਼ਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਟੋਟਲ ਨੇ ਤਿੰਨ ਕਰੇ ਜਾਤੇ, ਤ੍ਰੈ ਕਰੇ ਜਾਤੇ, ਇੱਕ ਰੋਡ ਜਾਣ ਵਾਲਾ, ਵਿਸ਼ਕਾਰਲਾ ਰੋਡ ਆਉਣ ਅਤੇ ਜਾਣ ਦੋਨੋਂ ਗੱਡੀਆਂ ਆ ਵੀ ਸਕਦੀਆਂ ਨੇ ਅਤੇ ਗੱਡੀਆਂ ਜਾ ਵੀ ਸਕਦੀਆਂ ਨੇ, ਅਤੇ ਪਰਲਾ ਹੋ ਗਿਆ ਸਿਰਫ ਆਉਣ ਵਾਲਾ। ਹੁਣ ਤੁਸੀਂ ਸੋਚੋਗੇ ਵੀ ਵਿਸ਼ਕਾਰਲਾ ਰੋਡ ਕਿਉਂ ਡੋਪੀਓ ਸੈਂਸੋ ਆ? ਤੁਹਾਨੂੰ ਮੈਂ ਕੁਛ ਸੈਕਿੰਡ ਪਹਿਲਾਂ ਦੱਸਿਆ ਸੀਗਾ ਕਿ ਅਗਰ ਸਤਰਾਦੇ ਦੇ ਵਿੱਚ ਦੋਪੀਆ ਸਤ੍ਰੀਸ਼ਾ ਕੰਟੀਨਿਊਆ ਆ ਜੇ ਤਾਂ ਉਹ ਰੋਡ ਦੋਪੀਓ ਸੈਂਸੋ ਹੀ ਹੋਏਗਾ, ਯਾਨੀ ਕਿ ਡਬਲ ਲਾਈਨ ਆਉਣ 'ਤੇ ਰੋਡ ਟੂ ਵੇ ਆਵਾਜਾਈ ਵਾਲਾ, ਯਾਨੀ ਕਿ ਆ ਵੀ ਸਕਦੀਆਂ ਨੇ ਅਤੇ ਜਾ ਵੀ ਸਕਦੀਆਂ ਨੇ, ਉਸ ਤਰ੍ਹਾਂ ਦਾ ਰੋਡ ਮੰਨਿਆ ਜਾਂਦਾ ਹੈਗਾ ਆ। ਧਿਆਨ ਨਾਲ, ਧਿਆਨ ਨਾਲ, ਇਹਦੇ ਵਿੱਚ ਇਹ ਵਾਲਾ ਰੋਡ ਆ ਸੈਂਸੋ ਉਨੀਕੋ, ਉੱਧਰੋਂ ਪਰਲਾ ਰੋਡ ਆ ਸੈਂਸੋ ਉਨੀਕੋ, ਵਿਸ਼ਕਾਰਲਾ ਇਕਲੌਤਾ ਐਸਾ ਰੋਡ ਆ ਜਿਹੜਾ ਕਿ ਦੋਪੀਓ ਸੈਂਸੋ ਦੀ ਚਿਰਕੁਲਾਸੀਓ ਨੇ, ਯਾਨੀ ਕਿ ਦੋਹਰੀ ਆਵਾਜਾਈ ਵਾਲਾ ਹੈਗਾ ਆ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਡਬਲ ਲਾਈਨ ਮਾਰ ਕੇ ਤੁਹਾਨੂੰ ਦੱਸਿਆ ਗਿਆ ਆ ਕਿ ਇਹ ਰੋਡ ਦੋਪੀਓ ਸੈਂਸੋ ਆ। ਕਰੇ ਜਾ ਤਾਂ ਤਿੰਨ ਹੋ ਗਈਆਂ। ਅਗਲਾ ਸਵਾਲ ਕੀ ਹੈ ਮੇਰਾ, ਕੁਰਸੀਆਂ ਕਿੰਨੀਆਂ ਨੇ? ਕੁਰਸੀਆਂ ਨੇ ਦੋ ਜਾਣ ਵਾਲੀਆਂ, ਚਾਰ ਵਿਸ਼ਕਾਰਲੇ ਕਰੇ ਜਾਤਾਂ ਦੀਆਂ ਅਤੇ ਦੋ ਆਉਣ ਵਾਲੀਆਂ, ਟੋਟਲ ਹੋ ਗਈਆਂ ਅੱਠ। ਇਸ ਤਰ੍ਹਾਂ ਦੇ ਨਕਸ਼ੇ ਵਿੱਚ ਅੱਠ ਕੁਰਸੀਆਂ ਨੇ
ਜਿਨ੍ਹਾਂ 'ਚੋਂ ਚਾਰ ਜਾਣ ਵਾਲੀਆਂ ਹੋਣਗੀਆਂ, ਚਾਰ ਹੀ ਕੁਰਸੀਆਂ ਆਉਣ ਵਾਲੀਆਂ ਹੋਣਗੀਆਂ, ਚਾਰ ਹੀ ਸੁਰਪਾਸੋ ਵਾਲੀਆਂ ਹੋਣਗੀਆਂ ਅਤੇ ਚਾਰ ਹੀ ਨੋਰਮਲ ਹੋਣਗੀਆਂ, ਕਿਉਂਕਿ ਇੱਕ ਨੋਰਮਲ ਹੁੰਦੀ ਆ ਇੱਕ ਓਵਰਟੇਕ ਲਈ ਹੁੰਦੀ ਆ, ਇੱਕ ਨੋਰਮਲ ਹੁੰਦੀ ਆ ਇੱਕ ਓਵਰਟੇਕ ਲਈ ਹੁੰਦੀ ਆ। ਸੋ ਇਸ ਤਰ੍ਹਾਂ ਦੇ ਰੋਡ ਵਿੱਚ ਟਰੇ ਕਰੇ ਜਾਤਾ, ਤਿੰਨ ਰੋਡ ਨੇ, ਇੱਕ ਦੋ ਤਿੰਨ, ਅੱਠ ਕੁਰਸੀਆਂ ਨੇ। ਉਸ ਤੋਂ ਬਾਅਦ ਅੱਗੇ ਆ ਜਾਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦ ਰੋਡ ਦੇ ਵਿੱਚ ਤੀਰਾਂ ਦੇ ਨਿਸ਼ਾਨ ਛਪੇ ਹੋਣ, ਰੋਡ ਦੇ ਵਿੱਚ ਤੀਰ ਦੇ ਨਿਸ਼ਾਨ ਛਪੇ ਹੋਣ, ਇਹ ਤੀਰ ਦੇ ਨਿਸ਼ਾਨ ਸਾਨੂੰ ਦੱਸਦੇ ਨੇ ਡਾਇਰੈਕਸ਼ਨ, ਦਿਸ਼ਾ, ਬਈ ਅਸੀਂ ਕਿਸ ਡਾਇਰੈਕਸ਼ਨ ਵੱਲ ਜਾ ਸਕਦੇ ਹਾਂ। ਤੀਰ ਦਾ ਨਿਸ਼ਾਨ ਰਾਈਟ ਸਾਈਡ ਨੂੰ ਮੁੜ ਰਿਹਾ ਆ ਅਤੇ ਅਸੀਂ ਰਾਈਟ ਸਾਈਡ ਨੂੰ ਹੀ ਜਾਣਾ ਆ। ਅਗਰ ਸਿੱਧਾ ਜਾ ਰਿਹਾ ਹੈ ਤਾਂ ਅਸੀਂ ਸਿੱਧੇ ਜਾਣਾ ਆ, ਅਗਰ ਤੀਰ ਦਾ ਨਿਸ਼ਾਨ ਲੈਫਟ ਸਾਈਡ ਨੂੰ ਮੁੜ ਰਿਹਾ ਤਾਂ ਮੈਂ ਲੈਫਟ ਸਾਈਡ ਨੂੰ ਹੀ ਜਾਣਾ ਆ। ਲੇਕਿਨ ਇਹ ਜ਼ਰੂਰੀ ਨਹੀਂ ਆ ਕਿ ਮੈਂ ਉੱਧਰ ਹੀ ਜਾਵਾਂ ਜਿੱਧਰ ਤੀਰ ਦੇ ਨਿਸ਼ਾਨ ਕਹਿ ਰਹੇ ਨੇ। ਕਦੋਂ ਤੱਕ? ਜਦੋਂ ਤੱਕ ਤੁਹਾਡੇ ਕੋਲ ਨੀਚੇ ਲਾਈਨਾਂ ਡਿਸਕੰਟੀਨਿਊ, ਯਾਨੀ ਕਿ ਤਰਤੇ ਜਾ ਤੇ ਟੁੱਟੀਆਂ ਲਾਈਨਾਂ ਨੇ। ਤੀਰ ਦੇ ਨਿਸ਼ਾਨ ਸਾਨੂੰ ਡਾਇਰੈਕਸ਼ਨ ਦੱਸਦੇ ਨੇ ਵੀ ਕਿਹੜੀ ਕਿਹੜੀ ਡਾਇਰੈਕਸ਼ਨ ਨਾਲ ਜਾਣਾ ਆ। ਲੇਕਿਨ ਤੀਰਾਂ ਦੇ ਨਿਸ਼ਾਨ ਦੇ ਨਾਲ ਨਾਲ ਆਪਣੇ ਲਈ ਜ਼ਰੂਰੀ ਹੈ ਕਿ ਰੋਡ ਉੱਪਰ ਲਾਈਨਾਂ ਕੰਟੀਨਿਊ ਅਤੇ ਡਿਸਕੰਟੀਨਿਊ, ਇਹ ਵੀ ਦੇਖਣਾ ਜ਼ਰੂਰੀ ਆ। ਅਗਰ ਤਾਂ ਲਾਈਨਾਂ ਨੇ ਡਿਸਕੰਟੀਨਿਊ, ਫਿਰ ਆਪਾਂ ਆਪਣੀ ਡਾਇਰੈਕਸ਼ਨ ਬਦਲ ਸਕਦੇ ਹਾਂ ਜਦੋਂ ਮਰਜ਼ੀ। ਕੁਆਂਦੋ ਲੇ ਸਤਰੀਸ਼ੇ ਸੋਨੋ ਡਿਸਕੰਟੀਨਿਊ, ਜਦੋਂ ਤੇ ਲਾਈਨਾਂ ਹੋਣ ਟੁੱਟੀਆਂ, ਸੀ ਪੋ ਕੰਬਿਆਰੇ, ਬਦਲਿਆ ਜਾ ਸਕਦਾ ਆ ਲਾ ਕੁਰਸੀਆ, ਆਪਣੀ ਕੁਰਸੀਆ ਬਦਲੀ ਜਾ ਸਕਦੀ ਆ ਅਗਰ ਲਾਈਨਾਂ ਡਿਸਕੰਟੀਨਿਊ ਨੇ। ਲੇਕਿਨ ਅਗਰ ਇੱਕ ਵਾਰੀ ਤੁਸੀਂ ਲਾਈਨਾਂ ਕੰਟੀਨਿਊ ਦੇ ਵਿੱਚ ਐਂਟਰ ਹੋ ਗਏ ਤਾਂ ਉੱਥੇ ਫਿਰ ਤੁਸੀਂ ਆਪਣੀ ਕੁਰਸੀ ਨਹੀਂ ਚੇਂਜ ਕਰ ਸਕਦੇ। ਅਗਰ ਤੁਸੀਂ ਖੱਬੀ ਸਾਈਡ ਜਾਣਾ ਹੀ ਤਾਂ ਤੁਸੀਂ ਸੱਜੇ ਪਾਸੇ ਐਂਟਰ ਹੋ ਗਏ ਤਾਂ ਤੁਹਾਨੂੰ ਸੱਜੀ ਸਾਈਡ ਹੀ ਜਾਣਾ ਪੈਣਾ ਆ, ਅਤੇ ਅਗਰ ਤੁਸੀਂ ਸਿੱਧੇ ਜਾਣਾ ਸੀ ਤੁਸੀਂ ਖੱਬੀ ਸਾਈਡ ਚਲੇ ਗਏ ਤਾਂ ਤੁਹਾਨੂੰ ਖੱਬੀ ਸਾਈਡ ਹੀ ਜਾਣਾ ਪੈਣਾ ਆ। ਇਸ ਕਰਕੇ ਧਿਆਨ ਨਾਲ ਸਤਰੀਸ਼ੇ ਕੰਟੀਨਿਊ ਵਾਲੇ ਏਰੀਏ ਨੂੰ ਕਿਹਾ ਜਾਂਦਾ ਆ ਜ਼ੋਨਾ ਦੀ ਪ੍ਰੇ ਸੈਲੇਕਸੀਓਨੇ, ਮਤਲਬ ਜ਼ੋਨਾ ਹੋ ਗਿਆ ਏਰੀਆ, ਪ੍ਰੇ ਸੈਲੇਕਸੀਓਨੇ ਪਹਿਲੇ ਸਿਲੈਕਟ ਕਰਨੇ ਵਾਲਾ ਏਰੀਆ। ਇੱਥੇ ਆਪਾਂ ਪਹਿਲਾਂ ਸਿਲੈਕਟ ਕਰ ਸਕਦੇ ਹਾਂ ਵੀ ਮੈਂ ਸੱਜੇ ਜਾਣਾ ਆ, ਮੈਂ ਖੱਬੇ ਜਾਣਾ ਆ, ਜਾਂ ਮੈਂ ਜਾਣਾ ਸਿੱਧਾ। ਲੇਕਿਨ ਜਦੋਂ ਆਪਾਂ ਲਾਈਨਾਂ ਕੰਟੀਨਿਊ ਦੇ ਵਿੱਚ ਵੜ ਗਏ ਉਹਨੂੰ ਕਹਿੰਦੇ ਨੇ ਜ਼ੋਨਾ ਦੀ ਅਤਿਸਤਮੈਂਟੋ, ਮਤਲਬ ਇੱਕ ਐਸਾ ਜ਼ੋਨਾ, ਇੱਕ ਐਸਾ ਏਰੀਆ ਜਿੱਥੇ ਕੁਰਸੀਆਂ ਨੂੰ ਬਦਲਣ ਦੀ ਇਜਾਜ਼ਤ ਨਹੀਂ ਹੈਗੀ, ਯਾਨੀ ਕਿ ਤੁਸੀਂ ਚਾਹ ਕੇ ਵੀ ਆਪਣੀ ਕੁਰਸੀਆਂ ਬਦਲ ਨਹੀਂ ਸਕਦੇ। ਸੋ ਮੈਂ ਦੁਬਾਰਾ ਦੱਸ ਦੇਣਾ, ਤੀਰਾਂ ਦੇ ਨਿਸ਼ਾਨ ਜਿਸ ਡਾਇਰੈਕਸ਼ਨ ਨੂੰ ਕਹਿ ਰਹੇ ਨੇ ਉਸੇ ਡਾਇਰੈਕਸ਼ਨ ਵੱਲ ਜਾਣਾ ਜ਼ਰੂਰੀ ਆ ਅਗਰ ਨੀਚੇ ਲਾਈਨਾਂ ਕੰਟੀਨਿਊ ਹੋਣ। ਅਗਰ ਲਾਈਨਾਂ ਕੰਟੀਨਿਊ ਨਹੀਂ ਹੈਗੀਆਂ ਯਾਨੀ ਕਿ ਡਿਸਕੰਟੀਨਿਊ ਨੇ, ਫਿਰ ਆਪਾਂ ਆਪਣੀ ਡਾਇਰੈਕਸ਼ਨ ਬਦਲ ਸਕਦੇ ਹਾਂ। ਉਸ ਤੋਂ ਬਾਅਦ ਕਈ ਵਾਰੀ ਮੇਰੇ ਸਾਹਮਣੇ ਇਸ ਤਰ੍ਹਾਂ ਦਾ ਨਕਸ਼ਾ ਆ ਜਾਂਦਾ ਆ ਜਿਹੜਾ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ, ਇੱਥੇ ਕੋਈ ਤੀਰ ਦਾ ਨਿਸ਼ਾਨ ਨਹੀਂ ਹੈਗਾ, ਹੈ ਨਾ, ਪਰ ਬੜੀ ਮੁਸ਼ਕਿਲ ਬਣ ਜਾਂਦੀ ਆ ਵੀ ਅਗਰ ਤੀਰ ਦਾ ਨਿਸ਼ਾਨ ਨਹੀਂ ਹੈਗਾ ਤਾਂ ਮੈਂ ਜਾਣਾ ਕਿੱਧਰ ਆ। ਅਗਰ ਰੋਡ ਵਿੱਚ ਤੀਰ ਦੇ ਨਿਸ਼ਾਨ ਹੋਣ ਤਾਂ ਮੈਂ ਤੀਰ ਦੇ ਨਿਸ਼ਾਨ ਵਾਂਗੂ ਚੱਲੀ ਜਾਣਾ ਆ, ਅਤੇ ਅਗਰ ਕੋਈ ਨਿਸ਼ਾਨ ਹੀ ਨਹੀਂ ਹੈਗਾ ਫਿਰ ਕੀ ਕਰਨਾ ਆ? ਫਿਰ ਮੈਨੂੰ ਇਹ ਪਤਾ ਹੋਣਾ ਚਾਹੀਦਾ ਆ ਕਿ ਸੱਜੀ ਸਾਈਡ ਵਾਲੀ ਕੁਰਸੀ ਆ ਸੱਜੇ ਜਾਂਦੀ ਆ ਅਤੇ ਸਿੱਧੀ ਵੀ ਜਾਂਦੀ ਆ, ਸੈਂਟਰ ਵਾਲੀ ਸਿਰਫ ਸਿੱਧੀ ਜਾਂਦੀ ਆ, ਖੱਬੀ ਸਾਈਡ ਵਾਲੀ ਖੱਬੇ ਵੀ ਜਾਂਦੀ ਆ ਅਤੇ ਸਿੱਧੀ ਵੀ ਜਾਂਦੀ ਆ, ਕੁੱਲ ਮਿਲਾ ਕੇ ਤਿੰਨੋਂ ਕੁਰਸੀਆਂ ਸਿੱਧੀਆਂ ਜਾਂਦੀਆਂ ਨੇ,
ਪਲੱਸ ਸਾਈਡਾਂ ਵਾਲੀਆਂ, ਸੱਜੇ ਵਾਲੀ ਸੱਜੇ ਵੀ ਮੁੜਦੀ ਆ, ਖੱਬੇ ਵਾਲੀ ਖੱਬੇ ਵੀ ਮੁੜਦੀ ਆ। ਸੋ ਮੇਰੇ ਵੀਰੋ ਧਿਆਨ ਨਾਲ, ਅਗਰ ਤੀਰ ਦੇ ਨਿਸ਼ਾਨ ਹੈਗੇ ਨੇ ਅਤੇ ਤੀਰ ਦੇ ਨਿਸ਼ਾਨ ਵਾਂਗੂ ਗੱਡੀ ਮੋੜਨੀ ਆ, ਸੱਜੇ ਸੱਜੇ, ਖੱਬੇ ਖੱਬੇ, ਸਿੱਧਾ ਅਤੇ ਸਿੱਧਾ। ਅਗਰ ਤੀਰ ਦੇ ਨਿਸ਼ਾਨ ਨਹੀਂ ਹੈਗੇ ਤਾਂ ਆਪਾਂ ਨੂੰ ਆਪਣੇ ਦਿਮਾਗ ਵਿੱਚ, ਆਪਣੇ ਮਾਇੰਡ ਵਿੱਚ ਇਹ ਪਤਾ ਹੋਣਾ ਚਾਹੀਦਾ ਆ ਕਿ ਜੇ ਮੈਂ ਖੱਬੀ ਸਾਈਡ ਹਾਂ ਤਾਂ ਮੈਂ ਸਿੱਧਾ ਵੀ ਜਾ ਸਕਦਾ ਅਤੇ ਖੱਬੇ ਵੀ ਜਾ ਸਕਦਾ। ਅਗਰ ਮੈਂ ਸੈਂਟਰ ਵਿੱਚ ਹਾਂ ਤਾਂ ਮੈਂ ਸਿਰਫ ਸਿੱਧਾ ਹੀ ਜਾ ਸਕਦਾ। ਅਗਰ ਮੈਂ ਸੱਜੇ ਪਾਸੇ ਯਾਨੀ ਕਿ ਰਾਈਟ ਸਾਈਡ ਹਾਂ ਤਾਂ ਮੈਂ ਰਾਈਟ ਸਾਈਡ ਜਾ ਸਕਦਾ ਅਤੇ ਪਲੱਸ ਸਿੱਧਾ ਵੀ ਜਾ ਸਕਦਾ ਹੈਗਾ ਵਾ। ਸੋ ਕੁੱਲ ਮਿਲਾ ਕੇ ਤਿੰਨੋਂ ਕੁਰਸੀਆਂ ਸਿੱਧੀਆਂ ਜਾਂਦੀਆਂ ਨੇ ਅਤੇ ਸੱਜੀ ਵਾਲੀ ਸੱਜੇ ਮੁੜਦੀ ਆ ਅਤੇ ਖੱਬੇ ਵਾਲੀ ਖੱਬੇ ਵੀ ਮੁੜਦੀ ਹੈਗੀ। ਉੱਥੇ ਜਿੱਦਾਂ ਤੁਹਾਡੇ ਸਾਹਮਣੇ ਇੱਕ ਨਕਸ਼ਾ ਆ ਰਿਹਾ ਆ, ਇਹਦੇ ਵਿੱਚ ਏ ਬੀ ਅਤੇ ਸੀ ਤਿੰਨ ਟਰੈਕ ਨੇ। ਏ ਵਾਲੀ ਖੱਬੇ ਮੁੜ ਰਹੀ ਆ, ਸੀ ਵਾਲੀ ਸੱਜੇ ਮੁੜ ਰਹੀ ਆ ਅਤੇ ਬੀ ਵਾਲੀ, ਹਾਂ ਬੀ ਵਾਲੀ ਸੱਜੇ ਵੀ ਮੁੜ ਰਹੀ ਆ ਅਤੇ ਖੱਬੇ ਵੀ ਮੁੜ ਰਹੀ ਆ। ਸੋ ਤੁਹਾਡੇ ਹਿਸਾਬ ਨਾਲ ਇਹ ਰੋਡ ਮੈਨੂੰ ਕਮੈਂਟ ਵਿੱਚ ਦੱਸਿਓ, ਇਹ ਰੋਡ ਦੋਪੀਓ ਸੈਂਸੋ ਆ ਜਾਂ ਸੈਂਸੋ ਨਿਕੋ ਆ, ਮੈਂ ਦੱਸ ਦੇਣਾ। ਚਲੋ ਕਿਉਂਕਿ ਤੁਸੀਂ ਕਮੈਂਟ ਲਾਸਟ ਵਿੱਚ ਕਰਿਓ ਤੁਹਾਨੂੰ ਵੀਡੀਓ ਕਿਸ ਤਰੀਕੇ ਦੀ ਲੱਗੀ। ਇਹ ਰੋਡ ਆ ਸੈਂਸੋ ਉਨੀਕੋ, ਕਿਉਂ? ਕਿਉਂਕਿ ਸਾਰੀਆਂ ਹੀ ਗੱਡੀਆਂ ਬਾਹਰ ਨੂੰ ਆ ਰਹੀਆਂ ਨੇ, ਕੋਈ ਇਸ ਰੋਡ ਦੇ ਵਿੱਚ ਨਹੀਂ ਜਾ ਰਿਹਾ। ਅਗਰ ਕੋਈ ਰੋਡ ਦੇ ਵਿੱਚ ਨਹੀਂ ਜਾ ਰਿਹਾ ਤਾਂ ਰੋਡ ਸੈਂਸੋ ਉਨੀਕੋ ਆ। ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਇਸੇ ਤਰ੍ਹਾਂ ਦਾ ਨਕਸ਼ਾ ਦੋਪੀਓ ਸੈਂਸੋ ਹੋਵੇ ਤਾਂ ਕਿੱਦਾਂ ਦਾ ਲੱਗੇਗਾ। ਆਹ ਦੇਖੋ, ਇਹ ਰੋਡ ਸੈਂਸੋ ਉਨੀਕੋ ਦੀ ਬਜਾਏ ਦੋਪੀਓ ਸੈਂਸੋ ਆ, ਕਿਉਂਕਿ ਇੱਥੋਂ ਗੱਡੀਆਂ ਬਾਹਰ ਨੂੰ ਵੀ ਆ ਰਹੀਆਂ ਅਤੇ ਗੱਡੀਆਂ ਅੰਦਰ ਨੂੰ ਵੀ ਜਾ ਸਕਦੀਆਂ ਨੇ। ਸੋ ਇਹ ਆ ਦੋਪੀਓ ਸੈਂਸੋ ਦੀ ਚਿਰਕੁਲਾਸੀਓ ਨੇ। ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਹਾਡੇ ਸਾਹਮਣੇ ਈਜ਼ੋਲਾ ਦੀ ਟ੍ਰਾਫਿਕੋ ਦੋ ਤਰੀਕੇ ਦਾ ਹੋ ਸਕਦਾ ਆ। ਇੱਕ ਹੁੰਦਾ ਆ ਰੀਅਲ ਸਾਤੋ, ਯਾਨੀ ਕਿ ਉੱਪਰ ਚੱਕਿਆ ਹੋਇਆ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇੱਕ ਥੜੀ ਹੋ ਸਕਦੀ ਆ, ਕੋਈ ਘਾਹ ਦੀ ਖੱਤੀ ਹੋ ਸਕਦੀ ਆ। ਇੱਕ ਹੁੰਦਾ ਰਾਜ਼ੋ, ਪਹਿਲੇ ਆਪਾਂ ਗੱਲ ਕਰਦੇ ਹਾਂ ਰਾਜ਼ੋ ਦੀ। ਜਿਹੜਾ ਤੁਹਾਡੇ ਸਾਹਮਣੇ 595 ਨੰਬਰ ਫੋਟੋ ਆ ਰਹੀ ਆ ਉਹ ਰਾਜ਼ੋ ਆ। ਇਹ ਜ਼ੋਲਾ ਦੀ ਟ੍ਰਾਫਿਕ ਕਿਉਂ ਹੁੰਦਾ ਆ? ਇਹ ਰੋਡ ਵਿੱਚ ਗੱਡੀਆਂ ਨੂੰ ਅਲੱਗ ਅਲੱਗ ਡਾਇਰੈਕਸ਼ਨ ਵਿੱਚ ਪਾਉਣ ਲਈ ਮਦਦ ਕਰਦਾ ਆ। ਇਸ ਦੇ ਉੱਪਰ ਆਪਾਂ ਨਾ ਗੱਡੀ ਪਾਰਕਿੰਗ ਯਾਨੀ ਕਿ ਸੌਸਤਾ ਵੀ ਨਹੀਂ ਕਰ ਸਕਦੇ ਅਤੇ ਗੱਡੀ ਤਰਾਂਸੀ ਤੋਂ ਗੱਡੀ ਚਲਾ ਵੀ ਨਹੀਂ ਸਕਦੇ। ਇਸ ਉੱਪਰ ਗੱਡੀ ਪਾਰਕਿੰਗ ਵੀ ਨਹੀਂ ਕਰ ਸਕਦੇ ਅਤੇ ਇਸ ਉੱਪਰ ਗੱਡੀ ਆਪਾਂ ਚਲਾ ਵੀ ਨਹੀਂ ਸਕਦੇ। ਸੋ ਜਿਹੜੀ ਏ ਗੱਡੀ ਆ ਇਹਨੇ ਸਿੱਧੇ ਹੀ ਜਾਣਾ ਆ, ਬੀ ਗੱਡੀ ਆ ਇਹ ਸਿਰਫ ਸੱਜੇ ਪਾਸੇ ਵੱਲ ਹੀ ਮੁੜ ਸਕਦੀ ਆ, ਅਤੇ ਸੀ ਗੱਡੀ ਆ ਉਹ ਵੀ ਸਿਰਫ ਸੱਜੇ ਪਾਸੇ ਵੱਲ ਹੀ ਮੁੜ ਸਕਦੀ ਆ। ਕਹਿਣ ਦਾ ਮਤਲਬ ਸੀ ਸਿੱਧੀ ਨਹੀਂ ਜਾ ਸਕਦੀ ਕਿਉਂਕਿ ਉਹਦੇ ਸਾਹਮਣੇ ਈ ਜ਼ੋਲਾ ਦੀ ਟ੍ਰਾਫਿਕੋ ਆ ਗਿਆ ਆ ਅਤੇ ਉਹਦੇ ਉੱਪਰ ਉਹ ਚੱਲ ਨਹੀਂ ਸਕਦੀ। ਨਾਲ ਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਦੂਜੀ ਸਾਈਡ 596 ਨੰਬਰ ਜਿਹੜੀ ਤਸਵੀਰ ਦੇਖ ਰਹੇ ਹੋ, ਇਸ ਫੋਟੋ ਦਾ ਮਤਲਬ ਆ ਵਿੱਚ ਕਦੇ ਵੀ ਇਹਨੂੰ ਈਜ਼ੋਲਾ ਦੀ ਟ੍ਰਾਫਿਕ ਉਹ ਨਾ ਸਮਝ ਬੈਠਿਓ। ਧਿਆਨ ਨਾਲ, ਜਿਹੜੇ ਮੇਰੇ ਸਟੂਡੈਂਟ ਸਾਡੇ ਕੋਲ ਲਾਈਵ ਕਲਾਸਾਂ ਲਾ ਰਹੇ ਨੇ ਉਹਨਾਂ ਨੂੰ ਤਾਂ ਇਹੀ ਇੱਕ ਦੋ ਵਾਰ ਦੱਸਿਆ ਸੀਗਾ, ਜਿਹੜੇ ਇਹ ਲਾਈਨਾਂ ਹੁੰਦੀਆਂ ਨੇ ਇਹਨਾਂ ਨੂੰ ਵੀ ਕਿਹਾ ਜਾਂਦਾ ਆ ਸਤ੍ਰੀਸ਼ੇ ਦੀ ਗੁਵੀਦਾ, ਯਾਨੀ ਕਿ ਡਰਾਈਵਿੰਗ ਵਾਲੀਆਂ ਲਾਈਨਾਂ। ਅਗਰ ਲਾਈਨਾਂ ਇਸ ਤਰੀਕੇ ਦੀਆਂ ਨੇ ਫਿਰ ਆਪਾਂ ਮੁੜ ਵੀ ਸਕਦੇ ਹਾਂ ਅਤੇ ਆਪਾਂ ਸਿੱਧੇ ਵੀ ਜਾ ਸਕਦੇ ਹਾਂ। ਕਿਉਂ? ਕਿਉਂਕਿ ਸਤ੍ਰੀਸ਼ੇ ਡਿਸਕੋਨਟੀਨਿਊ ਹੋਣ 'ਤੇ ਆਪਾਂ ਉਸ ਲਾਈਨਾਂ ਨੂੰ ਪਾਰ ਕਰ ਸਕਦੇ ਹਾਂ। ਸੋ ਸੀ ਗੱਡੀ ਆ ਇਹ ਦ੍ਰਿਤੋ, ਸੀ ਪੋ ਅੰਦਾਰੇ ਦ੍ਰਿਤੋ ਸਿੱਧੀ ਜਾ ਸਕਦੀ ਆ, ਬੀ ਗੱਡੀ ਮੁੜ ਵੀ ਸਕਦੀ ਆ ਅਤੇ ਖੱਬੇ ਪਾਸੇ ਵੱਲ ਵੀ ਜਾ ਸਕਦੀ ਆ, ਇਹ ਗੱਡੀ ਮੁੜ ਵੀ ਸਕਦੀ ਆ ਅਤੇ ਸਿੱਧੀ ਵੀ ਜਾ ਸਕਦੀ ਹੈਗੀ ਆ। ਸੋ ਧਿਆਨ ਨਾਲ
ਅਗਰ ਤੁਹਾਡੇ ਕੋਲ 595 ਨੰਬਰ ਵਰਗੀ ਸਿਚੁਏਸ਼ਨ ਆ ਤਾਂ ਤੁਸੀਂ ਗੱਡੀ ਨਹੀਂ ਮੋੜ ਸਕਦੇ, ਅਗਰ ਤੁਹਾਡੇ ਕੋਲ 596 ਨੰਬਰ ਨਾਮ ਦੀ ਸਿਚੁਏਸ਼ਨ ਆ ਤਾਂ ਤੁਸੀਂ ਗੱਡੀ ਮੋੜ ਸਕਦੇ ਹੋ ਕਿਸੇ ਵੀ ਡਾਇਰੈਕਸ਼ਨ ਵੱਲ ਜਿੱਧਰ ਨੂੰ ਤੁਹਾਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈਗੀ ਆ। ਅਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਅੱਗੇ ਇੱਕ ਨਕਸ਼ਾ ਨਵਾਂ ਤੁਹਾਡੇ ਸਾਹਮਣੇ, ਰੋਡ ਉੱਪਰ ਕਿਹੜੀ ਕਿਹੜੀ ਚੀਜ਼ ਲਿਖੀ ਪਾਈ ਜਾ ਸਕਦੀ ਆ। ਰੋਡ 'ਤੇ ਬੱਸ ਦਾ ਸਟੋਪ, ਬੱਸ ਲਿਖਿਆ ਹੋ ਸਕਦਾ ਆ। ਰੋਡ ਉੱਪਰ ਟੈਕਸੀ ਪੀਲੇ ਰੰਗ ਦੀ ਲਿਖੀ ਹੋ ਸਕਦੀ ਆ। ਰੋਡ ਉੱਪਰ ਸਟੋਪ ਲਿਖਿਆ ਹੋ ਸਕਦਾ ਆ। ਰੋਡ ਉੱਪਰ ਤ੍ਰਿਆਂਗੁਲੀ ਬਿਆਂਕੀ ਚਿੱਟੇ ਰੰਗ ਦੇ ਟ੍ਰਿਆਂਗਲ, ਯਾਨੀ ਕਿ ਜਿਹੜੇ ਦਾਰੇ ਪ੍ਰੈਸੀਡੈਂਸਾਂ ਵਾਲੇ ਸਾਈਨ ਬੋਰਡ ਨੇ ਉਹ ਪਾਏ ਜਾ ਸਕਦੇ ਨੇ। ਰੋਡ ਉੱਪਰ PL ਯਾਨੀ ਕਿ ਪਸਾਜੋ ਲਿਵੈਲੋ ਵਾਲਾ ਲਿਖਿਆ ਜਾ ਸਕਦਾ ਆ। PL ਮਤਲਬ ਹੁੰਦਾ ਪਸਾਜੋ ਅਤੇ ਲਿਵੈਲੋ, ਇਹ ਲਿਖਿਆ ਹੋ ਸਕਦਾ ਆ। ਰੋਡ ਉੱਪਰ ਹੈਂਡੀਕੈਪ ਲਈ ਉਹਦੀ ਵੀਲ ਚੇਅਰ ਦਾ ਯੈਲੋ ਰੰਗ ਦਾ ਨਿਸ਼ਾਨ ਛਾਪਿਆ ਜਾ ਸਕਦਾ ਆ। ਯੈਲੋ ਕਲਰ 'ਚ ਉਹ ਹੁੰਦੀਆਂ ਨੇ ਰਿਜ਼ਰਵ ਟੈਕਸੀ ਬੱਸ ਹੈਂਡੀਕੈਪ ਲਈ। ਜਿਹੜੀਆਂ ਰੋਡ 'ਤੇ ਨੋਰਮਲ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਸਟੋਪ ਹੋ ਗਿਆ, ਤ੍ਰਿਆਂਗੁਲੀ ਟ੍ਰਿਆਂਗਲ ਹੋ ਗਏ, ਇਹ ਵਾਈਟ ਰੰਗ ਦੇ ਹੀ ਪਾਏ ਜਾਣਗੇ। ਪਲੱਸ ਰੋਡ 'ਤੇ ਤੀਰ ਦੇ ਨਿਸ਼ਾਨ ਪਾਏ ਜਾ ਸਕਦੇ ਨੇ। ਤੀਰ ਦੇ ਨਿਸ਼ਾਨ ਜਿਹੜੇ ਆਪਾਂ ਕੁਛ ਟਾਈਮ ਪਹਿਲਾਂ ਪੜ੍ਹੇ ਨੇ, ਸੱਜੇ ਮੁੜਨ ਵਾਲੇ ਖੱਬੇ ਮੁੜਨ ਵਾਲੇ, ਅਤੇ ਤੀਰਾਂ ਦੇ ਨਿਸ਼ਾਨ ਦੇ ਨਾਲ ਰੋਡ 'ਤੇ ਸ਼ਹਿਰ ਦਾ ਨਾਮ ਵੀ ਲਿਖਿਆ ਪਾਇਆ ਜਾ ਸਕਦਾ ਹੈਗਾ ਆ। ਸੋ ਇਹਨਾਂ ਗੱਲਾਂ ਉੱਪਰ ਤੁਸੀਂ ਖਾਸ ਧਿਆਨ ਦਿਓ ਕਿ ਕਿਹੜੀ ਕਿਹੜੀ ਗੱਲ ਰੋਡ 'ਤੇ ਲਿਖੀ ਪਾਈ ਜਾ ਸਕਦੀ ਹੈਗੀ ਆ। ਇਹ ਸੀਗਾ ਫਸਟ ਪਾਰਟ ਇਸ ਚੈਪਟਰ ਦਾ। ਸੈਕਿੰਡ ਪਾਰਟ ਵਿੱਚ ਤੁਹਾਨੂੰ ਮੈਂ ਬਾਕੀ ਇਸ ਚੈਪਟਰ ਦੇ ਨਾਲ ਦੀਆਂ ਲੱਗੀਆਂ ਗੱਲਾਂ ਦੱਸਾਂਗਾ। ਹੁਣ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਵਾਲੀਕੁਮ ਅਤੇ ਨਮਸਤੇ। ਥੈਂਕ ਯੂ।